ਸਿਮਰਜੀਤ ਸਿੰਘ ਬੈਂਸ ਕੋਲ ਗਈ ਤਾਂ ਮੈਨੂੰ ਕਹਿੰਦੇ ਕਿ ਕੋਈ ਗੱਲ ਨਹੀਂ, ਮੈਂ ਗੱਲ ਕਰ ਲੈਂਦਾ, ਤੂੰ ਰੂਮ 'ਚ ਬੈਠ। ਰੂਮ 'ਚ ਬੈਠੀ ਤਾਂ ਇਹਨਾਂ ਨੇ ਮੇਰੇ ਨਾਲ ਰਿਲੇਸ਼ਨ ਬਣਾਏ। ਲੋਕਪ੍ਰਿਯਤਾ ਬੈਂਸ ਕੋਲੇ ਆ ਨਾ, ਜਿਹੜਾ ਲੋਕਾਂ ਦਾ ਆਸ਼ੀਰਵਾਦ ਬੈਂਸ ਕੋਲੇ ਆ, ਉਹਨੂੰ ਤੋੜਨ ਦਾ ਨਿਗੂਣਾ ਯਤਨ ਹੈਗਾ, ਰਾਜਨੀਤੀ ਹੋ ਰਹੀ ਹੈ। ਜਿੱਦਣ ਅਸੀਂ ਯਾਤਰਾ ਸਟਾਰਟ ਕਰਦੇ ਹਾਂ ਤੇ ਉਧਰੋਂ ਕੰਪਲੇਂਟ ਫਾਈਲ ਹੁੰਦੀ ਆ, ਉਹ ਵੀ ਮੁੱਖ ਮੰਤਰੀ ਦਫ਼ਤਰ ਤੋਂ ਉਸ ਔਰਤ ਦੀ ਕੰਪਲੇਂਟ 'ਤੇ ਠੱਪਾ ਲਾ ਕੇ ਤੁਰਦੀ ਹੈ। ਬੈਂਸ ਇੱਦਾਂ ਦੀਆਂ ਗਿੱਦੜ ਧਮਕੀਆਂ ਤੋਂ ਡਰਨ ਵਾਲਾ ਨਹੀਂ। ਬੈਂਸ ਦਾ ਜੀਵਨ ਖੁੱਲ੍ਹੀ ਕਿਤਾਬ, ਕੋਈ ਪੇਜ ਕੋਈ ਬੰਦਾ ਕਿਸੇ ਸਮੇਂ ਵੀ ਪੜ੍ਹ ਸਕਦਾ। ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਆਤਮ ਨਗਰ ਲੁਧਿਆਣਾ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਤੇ ਕਥਿਤ ਤੌਰ ਤੇ ਜਬਰ ਜਨਾਹ ਦੇ ਇਲਜ਼ਾਮ ਲੱਗੇ ਹਨ। ਇਹ ਇਲਜ਼ਾਮ ਲੁਧਿਆਣਾ ਦੀ ਇੱਕ ਮਹਿਲਾ ਵੱਲੋਂ ਲਗਾਏ ਗਏ ਹਨ। ਪੀੜਤ ਮਹਿਲਾ ਨੇ ਲੁਧਿਆਣਾ ਦੇ ਪੁਲਿਸ ਕਮਿਸ਼ਨ ਨੂੰ ਇੱਕ ਚਿੱਠੀ ਲਿਖ ਕੇ ਬੈਂਸ ਦੇ ਖਿਲਾਫ ਕਾਰਵਾਈ ਅਤੇ ਇਨਸਾਫ਼ ਦੀ ਮੰਗ ਕੀਤੀ ਹੈ। ਮਾਮਲਾ ਸੁਰਖੀਆਂ 'ਚ ਆਉਣ ਤੋਂ ਬਾਅਦ ਹੁਣ ਸਿਮਰਜੀਤ ਸਿੰਘ ਬੈਂਸ ਦੇ ਖਿਲਾਫ਼ ਸੋਸ਼ਲ ਮੀਡੀਆ 'ਤੇ ਵੱਡੀ ਚਰਚਾ ਵੀ ਚੱਲ ਪਈ ਹੈ। ਉੱਧਰ ਸਿਮਰਜੀਤ ਸਿੰਘ ਬੈਂਸ ਵੱਲੋਂ ਪੰਜਾਬ ਵਿੱਚ ਅਧਿਕਾਰ ਯਾਤਰਾ ਸ਼ੁਰੂ ਕੀਤੀ ਗਈ ਹੈ। ਅੱਜ ਫਰੀਦਕੋਟ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਿੱਥੇ ਉਹਨਾਂ ਨੇ ਪੰਜਾਬ ਦੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਘੇਰਿਆ ਹੈ, ਉੱਥੇ ਹੀ ਬਲਾਤਕਾਰ ਮਾਮਲੇ ਸੰਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਸਿਮਰਜੀਤ ਸਿੰਘ ਬੈਂਸ ਨੇ ਸਪਸ਼ਟ ਤੌਰ 'ਤੇ ਕਿਹਾ ਹੈ ਕਿ ਬੈਂਸ ਦਾ ਜੀਵਨ ਇੱਕ ਖੁੱਲ੍ਹੀ ਕਿਤਾਬ ਹੈ। ਉਹਨਾਂ ਕਿਹਾ ਹੈ ਕਿ ਸਿਆਸੀ ਉਹਨਾਂ ਦੇ ਖਿਲਾਫ਼ ਸਾਜ਼ਿਸ਼ਾਂ ਰਚ ਰਹੇ ਹਨ ਕਿਉਂਕਿ ਉਹਨਾਂ ਦੀ ਲੋਕਪ੍ਰਿਯਤਾ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਸਿਮਰਜੀਤ ਸਿੰਘ ਬੈਂਸ ਕੋਲ ਗਈ ਤਾਂ ਮੈਨੂੰ ਕਹਿੰਦੇ ਕਿ ਕੋਈ ਗੱਲ ਨਹੀਂ, ਮੈਂ ਗੱਲ ਕਰ ਲੈਂਦਾ, ਤੂੰ ਰੂਮ 'ਚ ਬੈਠ। ਰੂਮ 'ਚ ਬੈਠੀ ਤਾਂ ਇਹਨਾਂ ਨੇ ਮੇਰੇ ਨਾਲ ਰਿਲੇਸ਼ਨ। ਇਹ ਸਰਕਾਰਾਂ ਵੱਲੋਂ ਕੋਈ ਪਹਿਲਾ ਇਲਜ਼ਾਮ ਨਹੀਂ ਗਾ ਮੇਰੇ ਤੇ। ਪਹਿਲਾਂ ਝੂਠੇ ਇਲਜ਼ਾਮਾਂ ਦੇ ਤਹਿਤ ਦਰਜਣਾ ਝੂਠੇ ਮੁਕੱਦਮੇ ਦਰਜ ਕੀਤੇ ਗਏ। ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਏਗਾ। ਜੋ ਦਰਖਾਸਤ ਕੰਪਲੇਂਟ ਦੇ ਰੂਪ ਦੇ ਵਿੱਚ ਇਹ ਸੱਤਾਧਾਰੀ ਲੋਕਾਂ ਨੇ ਪੁਲਿਸ ਨੂੰ ਦਵਾਈ ਆ, ਜਿੱਦਣ ਅਸੀਂ ਹਰੀ ਕੇ ਪਤਨ ਤੋਂ ਪੰਜਾਬ ਅਧਿਕਾਰ ਯਾਤਰਾ ਸਟਾਰਟ ਕਰਦੇ ਹਾਂ ਤੇ ਉਸੇ ਦਿਨ ਉਧਰ ਕੰਪਲੇਂਟ ਫਾਈਲ ਹੁੰਦੀ ਹੈ। ਇਸ ਔਰਤ ਦੀ ਪਹਿਲੀ ਕੰਪਲੇਂਟ ADCP ਤੇਜਾ ADCP 2 ਉੱਥੇ ਮਾਫੀ ਮੰਗੀ, ਸੇਮ ਉਹਦੇ 'ਚ ਐਲੀਗੇਸ਼ਨ ਲਾਏ ਗਏ ਸੀਗੇ। ਸੋ ਮੈਂ ਇਹ ਜ਼ਰੂਰ ਕਹੂੰਗਾ ਕਿ ਜਦੋਂ ਸੋਨੇ ਦੀ ਪਿਓਰਿਟੀ ਲੈਣੀ ਹੋਵੇ ਤੇ ਉਹਨੂੰ ਤਪਣਾ ਪੈਂਦਾ ਕੁਠਾਲੀ ਦੇ ਵਿੱਚ। ਮੈਨੂੰ ਕਿਸੇ ਸਰਕਾਰ ਦੀ ਧਮਕੀ ਦਾ ਅਸਰ ਨਹੀਂ ਗਾ। ਮੈਂ ਕਿਸੇ ਜਿਹੜੇ ਫੋਕੇ ਫੈਰ ਹੈਗੇ ਆ ਉਹਨਾਂ ਤੋਂ ਡਰਨ ਵਾਲਾ ਨਹੀਂ ਗਾ। ਮੇਰਾ ਜੀਵਨ ਖੁੱਲ੍ਹੀ ਕਿਤਾਬ ਆ, ਕੋਈ ਬੰਦਾ ਕੋਈ ਸਫ਼ਾ ਪੜ੍ਹ ਸਕਦਾ। ਮੇਰੇ ਕਿਰਦਾਰ ਪ੍ਰਤੀ, ਕਰੈਕਟਰ ਪ੍ਰਤੀ ਪੂਰੀ ਦੁਨੀਆ 'ਚ ਵਸਦੇ ਪੰਜਾਬੀ ਜਾਣਦੇ ਆ। ਸੋ ਇਹ ਜਿਹੜੀ ਸਿਰਫ ਤੇ ਸਿਰਫ ਕੰਪਲੇਂਟ ਆ, ਉਹ ਪੰਜਾਬ ਅਧਿਕਾਰ ਯਾਤਰਾ ਦੇ ਪ੍ਰਚਾਰ ਨੂੰ ਮੱਧਮ ਕਰਨ ਲਈ, ਲੋਕਾਂ ਦੀ ਅਟੈਂਸ਼ਨ ਡਾਈਵਰਟ ਕਰਨ ਲਈ ਆ। ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਏਗਾ ਦੋਸਤੋ, ਮੈਂ ਇਸ ਗੱਲ ਦਾ ਇਨਸ਼ੋਰ ਕਰਦਾ। ਫਰੀਦਕੋਟ ਤੋਂ ਸੰਦੀਪ ਸੇਠੀ ਦੀ ਰਿਪੋਰਟ, ਪੰਜਾਬ ਟੂਡੇ।